दूजी बार बॉम्ब ब्लास्ट होया यार, कैमरा थले कोई पता नहीं लग्या उन्हां नूं। तीजी बार एसजीपीसी दे सेवादारा ने दोषी फड़े है। जिहड़ा काम पंजाब सरकार दा सी, सरकार ने तां की करना सी, एसजीपीसी नूं करना सी। आ तां हालात पंजाब मनोज अज शरेआम गुंडा करनी, शरेआम गैंगस्टर, शरेआम लॉ ऑर्डर, मुख्यमंत्री रहने दे लायक नहीं है। जे दरबार अटैक हो सकता है, नेड़े अटैक हो सकता है, कोई पूरे दुनिया की सब तो मोस्ट हाईली विजिटेड ਜਿਵੇਂ ਇੱਥੇ ਕੋਈ ਤਾਲਿਬਾਨ ਦਾ ਰਾਜ ਹੈ, ਸਰਕਾਰ ਨਾਂ ਦੀ ਕੋਈ ਚੀਜ਼ ਐਗਜ਼ਿਸਟ ਨਹੀਂ ਕਰ ਰਹੀ। ਕੀ ਲੱਗਦਾ ਸਿੱਖ ਧਰਮ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ? ਆਹ ਜਿਹੜੀ ਸੋਚ ਹੈ ਨਾ ਇਹਦਾ, ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਮੈਂ ਦੇਖ ਰਿਹਾ, ਕਈ ਵਾਰ ਇਹਨਾਂ ਦੇ ਮੈਂ ਬਿਆਨ ਲੋਕੇ ਮੈਨੂੰ ਬੜੀ ਹੈਰਾਨੀ ਹੋ ਗਿਆ। ਅਕਾਲ ਤਖ਼ਤ ਸਾਹਿਬ ਦੇ ਜਗਦਾਰ ਸਾਹਿਬ ਦੇ ਖਿਲਾਫ਼ ਬਿਆਨ ਦੇ ਰਹੇ, ਐਜੀਪੀਸੀ ਦੇ ਖਿਲਾਫ਼ ਬਿਆਨ ਦੇ ਰਹੇ। ਚਾਚਾ ਮੇਰੀ ਹੈ, ਲੱਕੀ ਚਾਚਾ ਮੇਰੀ ਹੈ। ਭਗਵੰਤ ਮਾਨ ਇੱਕ ਛੋਟੇ ਭਰਾ ਦੀ ਮੰਤਰੀ ਹੈ, ਸੂਬੇ ਦਾ ਮੁੱਖ ਮੰਤਰੀ ਹੈ, ਇਸ ਸੂਬੇ ਦੀਆਂ ਕਈ ਇੰਸਟੀਟਿਊਸ਼ਨ ਹੁੰਦੀ ਹੈ। ਸ਼੍ਰੀ ਕਾਲ ਤਖ਼ਤ ਸਾਹਿਬ ਦੇ ਜਗਦਾਰ ਦੇ ਖਿਲਾਫ਼ ਬਿਆਨ ਮਿਲਦਾ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਦਿੱਤਾ, ਕੱਲਾ ਭਗਵੰਤ ਮਾਨ ਨੇ ਪਹਿਲਾਂ। ਤੋ ਇਸ ਕਰਕੇ ਆਹ ਜਿਹੜੀ ਸੋਚ ਇਹਨਾਂ ਦੀ ਹੈ, ਜਿਹੜੀ ਨੈਗੇਟਿਵ ਸੋਚ ਲੈ ਕੇ ਆ ਆਈ ਹੈ ਸਰਕਾਰ, ਤੇ ਇਹਦਾ ਇਹਨਾਂ ਦਾ ਕੋਈ ਭਰੋਸਾ ਨਹੀਂ। ਕੁਛ ਮਰਜ਼ੀ ਕਰਾ ਸਕਦੇ, ਇਹਦਾ ਕੋਈ ਪਤਾ ਨਹੀਂ। ਜਲੰਧਰ ਦੀ ਬਾਈ ਇਲੈਕਸ਼ਨ ਤੁਸੀਂ ਦੇਖਿਆ ਹੋਣਾ, ਆਮ ਆਦਮੀ ਪਾਰਟੀ ਦੇ ਕੋਲ ਦੂਰ ਉੱਤੇ ਬਿਠਾਉਣ ਵਾਲੇ ਵਰਕਰ ਵੀ ਨਹੀਂ ਸੀ। ਇਹਨਾਂ ਨੇ ਸਾਰੇ MLA-ਆਂ ਨੂੰ ਡਿਊਟੀ ਲਾਈ, ਉਹਨਾਂ ਦੇ ਚੇਅਰਮੈਨਾਂ ਉਹ ਆਪ ਉੱਤੇ ਬੈਠੇ, ਕੰਪਲੀਟ ਵਾਇਲੇਸ਼ਨ। ਜਿਹੜੀ ਇਲੈਕਸ਼ਨ ਸਰਕਾਰ ਐਡਮਿਨਿਸਟ੍ਰੇਸ਼ਨ ਸੀ, ਐਡਮਿਨਿਸਟ੍ਰੇਸ਼ਨ ਭਾਗੇ ਉਹਨੇ ਪੂਰਾ ਉਹਨਾਂ ਨੇ ਨਾਲ ਸਪੋਰਟ ਕੀਤਾ। ਪਹਿਲੀ ਵਾਰ ਹਿਸਟਰੀ 'ਚ ਹੋਇਆ ਕਿ ਪੁਲਿਸ ਅਤੇ ਸਿਵਲ ਇੰਸਪੈਕਟਰ ਕਮੇਟੀ ਦਾ ਪ੍ਰਧਾਨ ਹੈ, ਉਹ ਪ੍ਰਧਾਨ ਕਮੇਟੀ ਦਾ ਨਹੀਂ, ਬੇਸਿਕਲੀ BJP ਦਾ ਨੁਮਾਇੰਦਾ ਹੈ, BJP ਦਾ ਨੁਮਾਇੰਦਾ। ਹਰਿਆਣਾ ਕਮੇਟੀ ਜਾਂ SGPC ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਪੰਥ ਦੀਆਂ ਇੰਸਟੀਟਿਊਸ਼ਨ ਸੀ ਹਰਿਆਣਾ ਕਮੇਟੀ, ਇਹਨਾਂ ਨੇ ਜਾਣ ਕੇ SGPC ਨੂੰ ਤੋੜ ਕੇ ਬਣਾਈ ਕਿ ਆਪਣਾ ਕੰਟਰੋਲ ਕਰ ਸਕਣ BJP। ਸੋ ਕਲੀਅਰ ਕੱਟ ਜਿਹੜਾ ਪ੍ਰਧਾਨ ਮੱਥਾ ਟੇਕਦਾ BJP ਮੁੱਖ ਮੰਤਰੀ ਨੂੰ, ਕੀ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ BJP ਦੇ ਥੱਲੇ ਲੱਗੇ? ਜਿਹੜੀ ਮੈਨੂੰ ਲੱਗਦਾ ਐਜ ਏ ਪ੍ਰਧਾਨ ਨੂੰ ਇੱਕ ਮਿੰਟ ਵੀ ਨਹੀਂ ਰਹਿਣਾ ਚਾਹੀਦਾ, ਕੱਢਣਾ ਚਾਹੀਦਾ। ਅਸੀਂ ਤਾਂ ਪਹਿਲੇ ਬੜੀ ਪਰਖਿਆ ਕਿ ਇਹਨਾਂ ਨੇ ਆਪਣੀ ਮਰਿਆਦਾ ਸਾਰੀ ਇਹਨਾਂ ਨੇ ਤੋੜ ਦੇਣੀ ਹੈ, ਇਹਨਾਂ ਨੇ ਜਿਹੜੇ ਸਿਸਟਮਸ ਆ ਉੱਥੇ ਸਾਰੇ ਖਰਾਬ ਕਰ ਦੇਣੇ ਆ। ਦੇਖੋ ਇੱਕ ਮਰਿਆਦਾ ਹੁੰਦੀ, ਹਰ ਧਰਮ ਦੀ ਇੱਕ ਮਰਿਆਦਾ ਹੁੰਦੀ, ਇੱਕ ਤੌਰ ਤਰੀਕੇ ਹੁੰਦੇ ਆ, ਪਰ ਜਿਸ ਤਰ੍ਹਾਂ ਨੇ ਇਹਨਾਂ ਨੇ ਆ ਕਮੇਟੀ ਬਣਾਈ ਹਰਿਆਣੇ ਦੀ, ਇਹ ਤੋਂ ਮਾੜੀ ਗੱਲ ਨਹੀਂ ਕਰ ਸਕਦੇ। ਸਹੀ ਮਿਣੇ 'ਤੇ ਧਾਰਮਿਕ ਸਿੱਖ ਧਰਮ ਦੇ ਵਿੱਚ ਇੰਟਰਫੇਰੈਂਸ ਹੈ। ਐਡਵੋਕੇਟ ਅਮਨਦੀਪ ਸਿੰਘ ਸਿਆਲੀ, ਲੀਗਲ ਐਡਵਾਈਜ਼ਰ ਸ਼੍ਰੋਮਣੀ ਅਕਾਲੀ ਸਭਾ। ਕਿਹੜੇ ਕੇਸ 'ਚ ਆਏ ਸੀ? 1/7/2021 ਦੀ FIR ਹੈ ਜੀ, ਥਾਣੇ ਬਿਆਸ ਦੀ, ਜਿਹੜੀ 13 ਬੰਦਿਆਂ ਦੇ ਰਜਿਸਟਰਡ ਹੋਈ ਹੈ, ਜਿਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਵਿਰਸਾ ਸਿੰਘ ਬਲਟੋਆ, ਬਲਜੀਤ ਸਿੰਘ ਜਲਾਲ ਉਸਮਾ, ਅਮਰਪਾਲ ਸਿੰਘ ਬੋਨੀ ਅਤੇ ਹੋਰ ਜਿਹੜੇ ਆ ਉੱਥੋਂ ਦੇ ਨੇੜੇ ਪਿੰਡਾਂ ਦੇ ਲੋਕ ਨੇ, ਉਹਨਾਂ ਦੇ FIR ਜਿਹੜੀ ਹੈ ਝੂਠੀ FIR ਦਰਜ ਕੀਤੀ ਗਈ ਹੈ ਡਿਊਰਿੰਗ ਕਾਂਗਰਸ ਗੌਰਮੈਂਟਸ, ਟੋਟਲੀ ਪੋਲੀਟੀਕਲ ਵੈਂਡੇਟੇ 'ਤੇ ਜਿਹੜੀ ਇਹ FIR ਦਰਜ ਹੋਈ ਹੈ। ਅੱਜ ਜਿਹੜੀ ਡੇਟ ਸੀ ਉਹ ਫੋਰ ਦੀ ਫਰੇਮਿੰਗ ਆਫ ਚਾਰਜ ਸੀ, ਉਹਨਾਂ ਦੇ ਦੋਸ਼ ਤੈਅ ਹੋਣੇ ਸੀ, ਬਟ ਵਨ ਆਫ ਦੀ ਅਕਿਊਜ਼ ਸੰਤੋਖ ਸਿੰਘ ਜਿਹੜਾ ਕਿਡਨੀਜ਼ ਦੀ ਬਿਮਾਰੀ ਤੋਂ ਜਿਹੜਾ ਬਿਮਾਰ ਆ ਕਾਫੀ, ਉਹ ਅੱਜ ਕੋਰਟ ਵਿੱਚ ਨਹੀਂ ਪੇਸ਼ ਹੋ ਸਕੀ, ਇਸ ਕਰਕੇ ਨੈਕਸਟ ਡੇਟ ਜਿਹੜੀ 29/5 ਕੋਰਟ ਦੇ ਫਾਰ ਫਰੇਮਿੰਗ ਆਫ ਚਾਰਜ। ਸਰ ਕਿੰਨੇ ਲੋਕਾਂ ਦਾ ਮਾਮਲਾ ਦਰਜ ਹੋਇਆ ਸੀ? 13 ਬੰਦਿਆਂ ਦੇ ਮਾਮਲਾ ਦਰਜ ਹੋਇਆ। ਅਤੇ ਅੱਜ ਕਿਹੜੇ ਕਿਹੜੇ ਪਹੁੰਚੇ ਸਨ? ਅੱਜ ਸਾਰੇ ਪਹੁੰਚੇ ਆ ਜੀ, ਸੁਖਬੀਰ ਸਿੰਘ ਬਾਦਲ, ਵਿਰਸਾ ਸਿੰਘ ਬਲਟੋਆ,
ਐਂਡ ਆਲ ਅਦਰ ਪਰਸਨ ਸਿਰਫ ਇੱਕ ਸੰਤੋਖ ਸਿੰਘ ਦੀ ਅਜੰਪਸ਼ਨ ਦੀ ਐਪਲੀਕੇਸ਼ਨ ਤੇ ਕਿਹੜੀ ਤਰੀਕ ਹੁਣ 29-5